बिस्मिल्लाहिर्रहमानिर्रहीम। अस्सलाम वालेकुम दोस्तों, मैं यासर मलक ते असीं आ जी पिंड सिखां दी कांवाली तहसील शाहकोट ते जिला ननकाणा साहिब दा वसिया पिंड आ। इह सिखां दी कांवाली जिहड़ा पिंड वा, इह सिखां दा पिंड सी 47 तों पहले। इस पिंड दीआं दो पत्तियां वा, इक परली आबादी नूं कहिंदे आ धामियां बस्ती दे। आ हैगी सी सिखां दी कांवाली। अज वी मैं तुहानूं दिखाउणा सी कि सरदार वीरां दी अज वी निशानी मौजूद आ। आ एक मकान आ, ये 47 तो पहले दा, पाकिस्तान बनन तो पहले दा। ते अज वी दे दरवाजे खिड़कियां ओदे कायम आ। थोड़ा अगे आओ दाक भाई। आ देखो जी यार, पाकिस्तान बनन तो पहले दी खिड़की है, ये अज वी मौजूद आ। ये 47 तो पहले इत्थे खिड़की लगी होनी। ये आ दीवार मकान, ये 47 तो पहले सिखां ने तमीर कीता सी। ये मैं अपने नाजरी नूं दिखाउणा सी कि पाकिस्तान बनन तो पहले सिखां दी कावाली दी निशानी मौजूद है इस पिंड च, पुरानी इमारत। ते अरजाक साहब साडे नाल मौजूद ने, इन्हां नाल गलबात करदे आ कि इस मकान बारे दसण ने कदों कदा वा ते की होलिया सी इहदा, की हिसाब दा। अच्छा, इह कदों कदा मकान आ जी, दस्सो ते मैनूं। ਇਹ ਭਾਈ ਮਕਾਨ ਜਿਹੜਾ ਨਾ, ਇਹ 1947 ਤੋਂ ਪਹਿਲੇ ਦਾ ਸੀਗਾ। ਅੱਛਾ। ਮਕਾਨ ਸਾਰੇ ਇੱਥੇ ਰਹਿੰਦੇ ਸੀਗੇ ਪਹਿਲੇ ਸਿੱਖ ਦਰਾਤ, ਤੇ ਇਹਦੇ ਉੱਤੇ ਇੱਕ ਚਵਾਰਾ ਹੁੰਦਾ ਸੀਗਾ। ਇਹ ਭਾਈ ਆਏ ਨੇ ਸਾਡੇ ਦੂਸਰੇ, ਤੇ ਫਿਰ ਇਹਨਾਂ ਨੇ ਆਣ ਕੇ ਜਦੋਂ ਚਲੇ ਗਏ ਨੇ, ਉਸ ਤੋਂ ਬਾਅਦ ਇਹਦੇ ਅੰਦਰ ਵਸੇਬਾ ਕੀਤਾ, ਆਪਣੀ ਜ਼ਿੰਦਗੀ ਬਸਰ ਕੀਤੀ। ਬਾਕੀ ਆਪਣੇ ਪਿਛਲੇ ਕਲਚਰ ਨੂੰ, ਆਪਣੀ ਪਿਛਲੀ ਸੋਚ ਨੂੰ, ਔਰ ਹਿੰਦੁਸਤਾਨ ਦੀ ਨਿਸ਼ਾਨੀ ਨੂੰ, ਜਿਹੜੇ ਸਿੱਖ ਭਾਈਆਂ ਦੀ ਨਿਸ਼ਾਨੀ ਨੂੰ ਹਜੇ ਤੀਕਰ ਆਪਣੇ ਸਾਹਮਣੇ ਰੱਖਿਆ। ਇਹ ਬਜ਼ੁਰਗ ਆਏ, ਇਹ ਪੁੱਛੋ ਕੌਣ ਨੇ? ਇਹ ਬਜ਼ੁਰਗ ਸਾਡੇ ਕੋਲੇ ਆ ਗਏ ਨੇ, ਇਹਨਾਂ ਤੋਂ ਵੀ ਪੁੱਛਦੇ। ਅਸਲਾਮ ਅਲੈਕਮ ਜੀ। ਜੀ ਵਾਲੇਕੁਮ ਸਲਾਮ। ਕੀ ਹਾਲ ਚਾਲ ਦੇ? ਬੜੀ ਬੜੀ ਜੀ ਮਿਹਰਬਾਨੀ। ਕੀ ਨਾਮ ਆਪਣਾ? ਮੇਰਾ ਨਾਮ ਇਹ ਰਹਿਮਤ। ਰਹਿਮਤ, ਕਿੰਨੀ ਉਮਰ ਹੋ ਗਈ ਆਪਣੀ? ਮੇਰੀ ਜੀ 90 ਕੋ ਸਾਲ ਤੇ ਹੋ ਗਏ ਹੋਏ। ਮੈਂ ਵੈਸੇ ਜਦੋਂ ਪਾਕਿਸਤਾਨ ਬਣਿਆ ਕਿੱਧਰੋਂ ਆਏ ਸੀ? ਇੰਡੀਆ ਚ ਨਾ, ਆਹੋ ਇੰਡੀਆ ਚ। ਕਿਹੜਾ ਪਿੰਡ ਸੀ ਉਧਰ? ਪਿੰਡ ਡੱਗਾ ਤੋਂ। ਡੱਗਾ ਡੱਗਾ ਕੇ ਲਿਖਤ ਨਹੀਂ ਰਹੀ। ਅੱਛਾ, ਡੱਗਾ। ਡੱਗਾ ਜ਼ਿਲ੍ਹਾ ਕਿਹੜਾ ਸੀ? ਅੰਮ੍ਰਿਤਸਰ। ਡੱਗਾ ਦੇ ਲਾਗੇ ਲਾਗੇ ਪਿੰਡ ਕਿਹੜੇ ਸੀ? ਡੱਗਾ ਦੇ ਲਾਗੇ ਲਾਗੇ ਤੂਤਾਂ ਵੇਰ, ਇਹੋ ਜਿਹੇ ਸਨ ਪੀਲੋ ਵਾਲ, ਬਸ ਇਹੋ ਜਿਹੇ ਬਹੁਤ ਸਨ ਜੀ। ਅੱਛਾ ਅੱਛਾ ਅੱਛਾ। ਪਿੰਡ ਬੜੇ। ਇਹ ਕਿੰਨੀ ਉਮਰ ਸੀ ਜਦੋਂ ਪਾਕਿਸਤਾਨ ਬਣਿਆ? ਜਵਾਨ ਸੀ ਉਦੋਂ ਮੇਰੀ 12 ਸਾਲ ਦੀ ਉਮਰ। ਪਿੰਡ ਨਹੀਂ ਬੋਲਣਾ। ਡੱਗਾ ਪਿੰਡ ਯਾਦ ਆ ਕਿੱਦਾਂ ਦਾ ਸੀਗਾ? ਆਹ ਮੈਨੂੰ ਯਾਦ ਆ। ਦੱਸੋ ਕਿੱਦਾਂ ਦਾ ਸੀ? ਕੱਚੇ ਮਕਾਨ ਸੀ, ਕੀ ਕੀ ਸੀ ਉੱਥੇ? ਉਹ ਜੀ ਕੱਚੇ ਹੀ ਸਨ। ਅੱਛਾ। ਕੋਈ ਇੱਕ ਦਾ, ਕੋਈ ਇੱਕ ਅੱਧਾ ਭਾਵੇਂ ਲੰਬਰਦਾਰ ਦਾ ਪੱਕਾ ਹੋਵੇ, ਨਹੀਂ ਤੇ ਕੱਚੇ। ਤੇ ਸਿੱਖ ਵੀ ਰਹਿੰਦੇ ਸੀ ਕਿ ਸਾਰੇ ਮੁਸਲਮਾਨ ਸੀ ਡੱਗਾ ਚ? ਨਹੀਂ ਜੀ, ਸਾਰੇ ਮੁਸਲਮਾਨ। ਸਿੱਖਾਂ ਦਾ ਘਰ ਕੋਈ ਨਹੀਂ ਸੀ? ਨਾ, ਖੱਤਰੀਆਂ ਦਾ ਘਰ ਹੈਗਾ ਸੀ ਇੱਕ। ਤੋਂ ਕੀ ਨਾਂ ਸੀ ਉਹਨਾਂ ਦਾ? ਉਹਨਾਂ ਦਾ ਨਾਵਾਂ ਦਾ ਨਹੀਂ ਮੈਨੂੰ ਪਤਾ, ਉਦੋਂ ਮੈਂ ਛੋਟਾ ਸਾਂ। ਅੱਲਾ ਦਾ ਹੁਕਮ, ਤੂੰ ਜਗਾਂ ਤੇ ਤੂਤਾਂ ਦੇ ਵਿੱਚੋਂ ਇੱਕ ਮੁਰੱਬਾ ਵਿੱਚ ਹੀ ਪਾ ਲਈ ਗਏ। ਅੱਛਾ ਅੱਛਾ। ਲਾਗੋ ਲਾਗੇ ਸ਼ਹਿਰ ਕਿਹੜਾ ਲੱਗਦਾ ਸੀ ਲਾਗੇ? ਅੰਮ੍ਰਿਤਸਰ। ਅੰਮ੍ਰਿਤਸਰ ਕਿੰਨਾ ਸੀ ਤੁਹਾਡੇ ਤੋਂ? ਉਹ ਇਸੇ 5-4 ਮੀਲ।
डंगर माड़ा होना तो दुबारे वेच के माड़ा हो जाना मुल लिया तो दुबारे वेच के फिर वेच के चंगा ला आना। बाप का की ना है यासन मामा अपना पिंड याद हुंदा डग्गा तूता ਮੈਨੂੰ ਉਹ ਨਜ਼ਰ ਆਉਣ ਦਿਆ ਯਾਦ ਕੀ ਦੇਖਣ ਨੂੰ ਦਿਲ ਕਰਦਾ ਉਹ ਬਚਪਨ ਹਾਂ ਕਰਦਾ ਬੜਾ ਉਸੇ ਤਰ੍ਹਾਂ ਦਿਸਣ ਦਿਆ ਜਦੋਂ ਜਾੜੇ ਪਏ ਪਾਕਿਸਤਾਨ ਬਣ ਗਿਆ ਹਾਂ ਕਿਵੇਂ ਉੱਥੋਂ ਆਏ ਸੀ ਮਾਰਵਾੜ ਤਰੀ ਹੋਈ ਤਾਂ ਨਹੀਂ ਜੀ ਸਾਨੂੰ ਸਾਡੇ ਬੰਦੇ ਜਦੋਂ ਹੋਕਾ ਮਿਲ ਗਿਆ ਨਾ ਵੀ ਇਹ ਇੰਡੀਆ ਬਣ ਗਿਆ ਤੇ ਤੀਜੇ ਦਿਨ ਬਾਅਦ ਨਿਕਲ ਆਇਆ ਸਾਰੇ ਨਾਲ ਹੀ ਦਰਿਆ ਸੀ ਮੁੰਡਿਆਂ ਅੱਗੇ ਮਾਲ ਚੁੱਕਦਾ ਸੀ ਮੁੰਡਿਆਂ ਨੇ ਮਾਲ ਇੱਧਰ ਲੈਣ ਦਾ ਕੱਢ ਕੇ ਤੇ ਬਾਲ ਜਿਹੜੇ ਸਨ ਜੀ ਉਹ ਬੇੜੀ ਚ ਪਾ ਕੇ ਤੇ ਪਾ ਲਿਆ ਸਾਡਾ ਵਿਗੜਿਆ ਕੁਛ ਨਹੀਂ ਅਮਨ ਨਹੀਂ ਆਏ ਅਮਨ ਵੇਖਣਾ ਮੈਂ ਝੂਠ ਬੋਲਣਾ ਇੱਥੇ ਕਾਂਵਾਲੀ ਕਿੱਦਾਂ ਆਏ ਕੋਈ ਰਿਸ਼ਤੇਦਾਰ ਸੀ ਨਹੀਂ ਇੱਥੇ ਜੀ ਇੱਕ ਬੰਦਾ ਸੀ ਰਾਮੂ ਵਾਲੇ ਦਾ ਤੇ ਉਹ ਇੱਥੋਂ ਦਾ ਵਾਕਫ ਸੀ ਇੱਕ ਸਾਡੇ ਡੋਕਰ ਬਾਬਾ ਨੱਥੂ ਜੀ ਤੇ ਉਹ ਆਂਦਾ ਸੀ ਕਾਂਵਾਂ ਦੇ ਸਿੱਖਾਂ ਦੀ ਚੰਗੀ ਇੱਥੇ ਆ ਜਾ ਤੇ ਉਹ ਫਿਰ ਕਾਗਜ਼ ਪਸਵਾ ਦੇ ਨੇ ਇੱਥੋਂ ਦੇ ਬਣਾ ਦੇ ਫਾਰਮ ਦਿੱਤੇ ਫਿਰ ਜ਼ਮੀਨ ਆਏ झूठ नहीं मैं बोलना नब्बे साल बुजुर्गां ने दस्या के असीं इक इमारत वेख के वैसे खड़े सीगे बुजुर्गां ने दस्या जंज घर जंज घर दे नाल सी गुरद्वारा इह कोशिश कीती गई इक सिखां दी कांवाली दी कोई पुरानी ਤਰੀਕੀ ਚੀਜ਼ ਤੁਹਾਡੇ ਤੱਕ ਲਿਆਈਏ ਤੁਹਾਨੂੰ ਵਿਖਾਈਏ ਕਿ ਸਾਡੇ ਵੱਡਿਆਂ ਦਾ ਕੀ ਕਲਚਰ ਸੀ ਕਿਵੇਂ ਇਮਾਰਤਾਂ ਸੀ ਰਹਿਣ ਸਹਿਣ ਕੀ ਸੀਗਾ ਤੇ ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਊਗਾ ਫਿਰ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ ਨਵੇਂ ਬਜ਼ੁਰਗਾਂ ਦੇ ਨਾਲ ਦੁਆਵਾਂ 'ਚ ਯਾਦ ਰੱਖਿਓ ਜਿਉਂਦੇ ਵਾਸਤੇ ਰਹੋ ਜੀ ਰੱਬ ਰੱਖੇ।